ਸਾਇੰਸ ਦੇ ਨਾਲ ਕੀ ਲੈਣਾ ਦੇਣਾ ਭਈ ਇਹ ਤੇ ਖੌਰਕਸ਼ਕ ਵਿਚਾਰਾਂ ਦੇ ਹੈਗੇ ਆ ਤੇ ਤੁਸੀਂ ਇੱਧਰ ਉੱਧਰ ਦੀ ਜਿਹੜੀ ਗੱਲ ਕਰੋ ਕਰੋ ਇਹ ਤੇ ਉੱਥੇ ਆਪਣੀ ਮੋਹਰ ਲਾ ਰਿਹਾ ਵੀ ਜਿਵੇਂ ਇਹਨਾਂ ਨੇ ਕੀਤਾ ਹੋਵੇ ਇਹੋ ਜਿਹੀਆਂ ਗੱਲਾਂ ਬੇਤੁਕੀਆਂ ਜਿਨ੍ਹਾਂ ਦਾ ਸਾਇੰਸ ਦਾ ਇੰਨਾ ਕੁ ਇਲਮ ਹੋਵੇ ਉਹ ਤਾੜੀਆਂ ਮਰਵਾਈ ਜਾਣ ਵਾਹ ਵਾਹੀ ਖੱਟੀ ਜਾਣ ਇਲੈਕਸ਼ਨਾਂ ਲੁੱਟ ਲੈਣ ਤੇ ਲੋਕਾਂ ਦਾ ਪੈਸਾ ਆ ਕਿਤੇ ਉੱਥੇ ਪੈਸੇ ਸੁਣਦੇ ਆ ਬੈਂਕ ਦੇ ਅੰਦਰ ਜਾਂ ਖਜ਼ਾਨੇ ਦੇ ਅੰਦਰ ਸਾਇੰਟਿਸਟ ਤੇ ਬੋਲਣ ਤੇ ਮਾਣ ਵੀ ਮਹਿਸੂਸ ਕਰਦੇ ਦੇਸ਼ ਉਹਨਾਂ ਨੂੰ ਵਧਾਈਆਂ ਵੀ ਦੇ ਵੀ ਇਹ ਕਿੱਥੋਂ ਵਿੱਚ ਵੀ ਉੱਥੇ ਜੇ ਚਲੇ ਵੀ ਜਾਣ ਜਾ ਕੇ ਉੱਥੇ ਤੰਬੂ ਲਾ ਵੀ ਲੈਣ ਤੇ ਕਿਹੜਾ ਉੱਥੇ ਕੀ ਕਰ ਲੈਣਗੇ ਮੈਨੂੰ ਦੱਸੋ ਆਹ ਧਰਤੀ ਇੰਨੀ ਸੋਹਣੀ ਆ ਤੇ ਇਹਦਾ ਸੱਤਿਆਨਾਸ ਕਰ ਦਿੱਤਾ ਸਾਰੀ ਦਾ ਇਹੀ ਲੋਕਾਂ ਨੇ ਕੀਤਾ ਰਲ ਮਿਲ ਕੇ ਉੱਥੇ ਕਿਤੇ ਹੁਣ ਝੋਨਾ ਲਾਉਣਾ ਜਾ ਕੇ ਜਾਂ ਉੱਥੇ ਕਿਹੜੇ ਕੋਈ ਉੱਥੇ ਟਰੱਕ ਟਰੁੱਕ ਚਲਾਇਆ ਕਰਨੇ ਆਪਾਂ ਉੱਥੇ ਕੋਈ ਰੈਸਟੋਰੈਂਟ ਖੋਲ੍ਹਣੇ ਆ ਸਭ ਤੋਂ ਵੱਡਾ ਦੁਸ਼ਮਣ ਤਾਂ ਇਹਨਾਂ ਲਈ ਪਾਕਿਸਤਾਨ ਆ ਅਸੀਂ ਕਹਿੰਦੇ ਸਾਡੇ ਭਰਾ ਆ ਹੁਣ ਇਹ ਪਤਾ ਨਹੀਂ ਕੀ ਆ ਅਤੇ ਕਿੱਦਾਂ ਹੈ ਕਿ ਸਵਾਏ ਇਹ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਤੋਂ ਹੋਰ ਕੁਛ ਨਹੀਂ ਹੈ ਉਹਨਾਂ ਵੀ ਕੁਛ ਨਹੀਂ ਖੱਟਿਆ ਜਿਹੜੀ ਮੁਸਲਿਮ ਲੀਗ ਬਣਾਈ ਸੀ ਲੈ ਲਓ ਇਸਲਾਮਿਕ ਰਾਜ ਜਿਹੜਾ ਹੁਣ ਉੱਥੇ ਨਾ ਉੱਧਰ ਦੇ ਰਹੇ ਨਾ ਉੱਧਰ ਦੇ ਰਹੇ ਅਤੇ ਤੁਸੀਂ ਹੁਣ ਉੱਥੇ ਤਾੜੀਆਂ ਮਾਰੀ ਚੱਲੋ ਸਾਡੇ ਚੰਦਰਾਇਣ ਦੇ ਉੱਤੇ ਪਰ ਆਪ ਕੀ ਕਰ ਲਿਆ ਜਿੱਥੇ ਪਿੱਛੇ ਹੜ੍ਹ ਆਏ ਸੀਗੇ ਜੇ ਅਸੀਂ ਕਿਤੇ 1000-2000 ਟਰੱਕ ਦਾਣਿਆਂ ਦਾ ਭੇਜ ਦਿੰਦੇ ਤਾਂ ਅਸੀਂ ਕਿਹੜੇ ਉੱਥੇ ਕਮਜ਼ੋਰ ਹੋ ਜਾਣਾ ਸੀਗਾ 1,00,000-2,00,000 ਟਨ ਚਲੇ ਜਾਂਦੇ ਦਾਣੇ ਅਤੇ ਕੀ ਫਰਕ ਪੈਣਾ ਸੀਗਾ ਕੁਛ ਨਹੀਂ ਕੀਤਾ ਬਜਾਏ ਇਸ ਦੇ ਕਿ ਲੋਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਇਹਦੇ ਪਿੱਛੇ ਕੋਈ ਵੋਟਾਂ ਦੀ ਰਾਜਨੀਤੀ ਕੋਈ ਪੋਲੀਟੀਕਲ ਏਜੰਡਾ ਵੀ ਝਲਕ ਰਿਹਾ ਕਿਹੜੀ ਗੱਲ ਤੋਂ ਡਰੀ ਜਾਂਦੇ ਆ ਕਿਹੜੀ ਗੱਲ ਤੋਂ ਤੁਸੀਂ ਇੰਨਾ ਉਹਨਾਂ ਨਾਲ ਖਫਾ ਹੈਗੇ ਆ ਕਿਹੜੀ ਗੱਲ ਤੋਂ ਇੰਨਾ ਤੁਸੀਂ ਲੁਕਣਾ ਛਿਪਣਾ ਚਾਹੁੰਦੇ ਆ ਗੱਲ ਕਰੋ ਕਵੀ ਖਰਾਬ ਕਰਨ ਲਈ ਮਾਰਕੀਟ ਜਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਆ ਕਿ ਜਾਂ ਵਾਕਈ ਇੱਦਾਂ ਦੀ ਗੱਲ ਹੈ ਕਿਹੜੀਆਂ ਇਕੱਲੀ ਇਕੱਲੀ ਫਾਈਲਾਂ ਨੂੰ ਪੰਜਾਬ ਦੀਆਂ ਨੂੰ ਸੁੰਘਦਾ ਫਿਰਦਾ ਔਰ ਪਾਰਟੀ ਲਈ ਜੋ ਵੀ ਇੱਥੋਂ ਸਾਧਨ ਇਕੱਠੇ ਜੁਟਾਉਣੇ ਆ ਮੇਰੇ ਕੋਲ ਪੂਰਾ ਮੂੰਹ ਨਾ ਖਿਲਾਓ ਇਹ ਉਹਨਾਂ ਨੂੰ ਲੱਗਦਾ ਵੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈਗੀ ਆ ਇਹ ਅੰਡੇ ਇਕੱਠੇ ਕਰਨੇ ਆ ਬਸ ਉਹ ਉੱਥੇ ਇਕੱਠੇ ਕਰਦੇ ਆ ਉੱਥੇ ਦਿੱਲੀ ਪਹੁੰਚ ਰਹੇ ਆ ਉਹ ਸੈਕੂਲਰ ਪਰਪਜ਼ ਲਈ ਹੈ ਲੋਕਾਂ ਦੇ ਵਿਕਾਸ ਲਈ ਹੈ ਤੁਹਾਡੇ ਕੋਲ ਛੱਤਾਂ ਦੇ ਸਕੂਲ ਦੀਆਂ ਠੀਕ ਨਹੀਂ ਹੋਈਆਂ ਇੱਕ ਟੀਚਰ ਮਰ ਗਈ ਭਾਰਤ ਦੇ ਸਾਇੰਸਦਾਨਾਂ ਨੇ ਕੱਲ੍ਹ ਚੰਦਰਯਾਨ ਦਾ ਸਹੀ ਟਿਕਾਓ ਚੰਦਰਮਾ 'ਤੇ ਕਰ ਦਿੱਤਾ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਆ ਗੁਆਂਢੀ ਮੁਲਕ ਵੀ ਭਾਰਤ ਦੇ ਸਾਇੰਸਦਾਨਾਂ ਦੀ ਪਿੱਠ ਥਪਥਪਾ ਰਹੇ ਨੇ ਹਰ ਸੜਕ 'ਤੇ ਜਾਂਦਾ ਹੋਇਆ ਅਤੇ ਹਰ ਸੱਤਾ ਦਾ ਉੱਪਰਲਾ ਬੰਦਾ ਵੀ ਇਸ ਗੱਲ ਲਈ ਸਾਇੰਸਦਾਨਾਂ ਦੀ ਇਸ ਸਾਰੀ ਮਿਹਨਤ ਦੇ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਕਿ ਸਪੇਸ ਦੇ ਵਿੱਚ ਭਾਰਤ ਨੇ ਵੱਡੀ ਪੁਲਾਂਗ ਹਾਸਲ ਕੀਤੀ ਆ ਪਰ ਕੁਛ ਮੀਡੀਆ ਦਾ ਹਿੱਸਾ ਜਿਸ ਤਰ੍ਹਾਂ ਕੱਲ੍ਹ ਦਾ ਇਸ ਨੂੰ ਮੋਦੀ ਦਾ ਗੁਣਗਾਨ ਕਰਕੇ ਇਸ ਤਰ੍ਹਾਂ ਦਾ ਪੇਸ਼ ਕਰ ਰਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਬਾਂਹ ਦੇ ਨਾਲ ਜਾ ਕੇ ਉੱਥੇ ਚੰਦਰਯਾਨ ਨੂੰ ਰੱਖ ਆਉਂਦਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਉਪਲਬਧੀ ਦਾ ਜਿਹੜੇ ਦੇਸ਼ ਭਰ ਦੇ ਸਾਇੰਸਦਾਨਾਂ ਦੀ ਆ ਹਰ ਦੇਸ਼ ਵਾਸੀ ਦਾ ਉਨਾ ਹੀ ਇਹਦੇ ਉੱਤੇ ਹੱਕ ਆ ਹਿੱਸਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਚੋਣਾਂ ਦਾ ਮੁੱਦਾ ਵੀ ਬਣਾਇਆ ਜਾ ਸਕਦਾ ਅਤੇ ਹੋਰ ਪੰਜਾਬ ਦੀ ਰਾਜਨੀਤੀ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ ਜਿਹਦੇ ਵਿੱਚ ਕਿਸਾਨ ਅੰਦੋਲਨ ਤੋਂ ਲੈ ਕੇ ਲੌਂਗੋਵਾਲ ਦੇ ਵਿੱਚ ਵਕਪਰੀ ਹੋਈ ਘਟਨਾ ਹੋਵੇ ਅਤੇ ਚਾਹੇ ਸਰਕਾਰ ਵੱਲੋਂ ਮੁਆਵਜ਼ਾ ਜਿਹੜਾ ਆ ਉਹ DC ਸਾਹਿਬਾਨਾਂ ਨੂੰ ਭੇਜ ਦਿੱਤਾ ਹੋਵੇ ਇਹ ਵੀ ਗੱਲ ਆ ਰਹੀ ਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਉੱਗੇ ਵਾਰਤਾਕਾਰ ਸਾਡੇ ਨਾਲ ਮੌਜੂਦ ਆ ਕਰਦੇ ਉਹਨਾਂ ਨਾਲ ਗੱਲਬਾਤ ਪ੍ਰੋਫੈਸਰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਜਿਸ ਤਰ੍ਹਾਂ ਦਾ ਮੀਡੀਆ ਦੇ ਵਿੱਚ ਇੱਕ ਕੱਲ੍ਹ ਦਾ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਵੇਂ ਕਿ ਮੋਦੀ ਸਾਹਿਬ ਨੇ ਇੱਕ ਬਾਂਹ ਕੱਢੀ ਅਤੇ ਕਾਂ ਕੱਢ ਕੇ ਜਾ ਕੇ ਚੰਦਰਯਾਨ ਉੱਥੇ ਚੰਦਰਮਾ 'ਤੇ ਟਿਕਾ ਜਾਂਦਾ ਹੁੰਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ 2024 ਦੀ ਇਲੈਕਸ਼ਨ ਵਿੱਚ ਵੀ ਇਹਨੂੰ ਕਿਤੇ ਉਭਾਰ ਕੇ ਇਲੈਕਸ਼ਨ ਦਾ ਮੁੱਦਾ ਬਣਾਇਆ ਜਾ ਸਕਦਾ ਜੇ ਬਾਲਾਕੋਟ ਨੂੰ ਬਣਾਇਆ ਜਾ ਸਕਦਾ ਤਾਂ ਇਹਨੂੰ ਕਿਉਂ ਨਹੀਂ ਬਣਾਇਆ ਜਾ ਸਕਦਾ ਪਿਛਲੀ ਵਾਰੀ ਬਾਲਾਕੋਟ ਦੇ ਉੱਤੇ ਸਿੱਧਾ ਸਿੱਧਾ ਉਹ ਕਿਹਾ ਸੀਗਾ ਨੌਜਵਾਨਾਂ ਨੂੰ ਕਿ ਤੁਸੀਂ ਵੋਟਾਂ ਪਾਓ ਦੇਖੋ ਅਸੀਂ ਕਿੱਡਾ ਵੱਡਾ ਦੇਸ਼ ਭਗਤੀ ਦਾ ਕੰਮ ਕੀਤਾ ਉੱਥੇ ਜਾ ਕੇ ਅੰਦਰ ਜਾ ਕੇ ਹਮਲਾ ਕੀਤਾ ਆ ਹੁਣ ਇਹ ਪੁੱਛਣ ਵਾਲੀ ਗੱਲ ਤਾਂ ਇਹ ਬਣਦੀ ਆ ਵੀ ਇਹ ਅਚੀਵਮੈਂਟ ਤਾਂ ਬਹੁਤ ਵੱਡੀ ਗੱਲ ਆ ਸਾਇੰਸ ਦੀ ਸਾਇੰਸਦਾਨਾਂ ਦੀ ਕਿ ਏਡੀ ਦੂਰ ਤੱਕ ਪਹੁੰਚ ਜਾਣਾ ਔਰ ਉਸ ਕਲੱਬ 'ਚ ਸ਼ਾਮਿਲ ਹੋ ਜਾਣਾ ਜਿਹੜੀ ਕਿ ਸੁਪਰ ਪਾਵਰਸ ਵਾਲੀ ਕਲੱਬ ਵਿੱਚ ਸ਼ਾਮਿਲ ਹੋ ਜਾਣਾ ਇਹ ਚੌਥਾ ਦੇਸ਼ ਆ ਜਿਸ ਨੇ ਇਸ ਕਿਸਮ ਦਾ ਉੱਥੇ ਜਿਹੜੇ ਮਸ਼ੀਨਰੀ ਆ ਇਹ ਜਿਹੜੀ ਉੱਥੇ ਐਕਸਪਲੋਰ ਕਰਦੀ ਆ ਉਹਨੂੰ ਉੱਥੇ ਪਹੁੰਚਾਇਆ ਜੀ ਹੁਣ ਉਹ ਕੋਈ ਜਿਹੜੀ ਵਹੀਕਲ ਆ ਉਹ ਵੀ ਬਾਹਰ ਆ ਕੇ ਆਪਣਾ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੱਲ੍ਹ ਤਾਂ ਉਹਦਾ ਚੰਦਰਯਾਨ ਦਾ ਉਤਾਰਾ ਹੋਇਆ ਸੀਗਾ ਉਦੋਂ ਬਾਅਦ ਜਿਹੜਾ ਅਗਲਾ ਕੰਮ ਵੀ ਆ ਉਹ ਉੱਥੇ ਸ਼ੁਰੂ ਹੋ ਚੁੱਕਾ ਆ ਪਰ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਦਾ ਸਾਇੰਸ ਦੇ ਨਾਲ ਕੀ ਲੈਣਾ ਦੇਣਾ ਭਾਈ ਇਹ ਤੇ ਖੌਰਕਸ਼ਕ ਵਿਚਾਰਾਂ ਦੇ ਹੈਗੇ ਆ ਤੇ ਤੁਸੀਂ ਇੱਧਰ ਉੱਧਰ ਦੀ ਜਿਹੜੀ ਗੱਲ ਕਰੋ ਕਰੋ ਇਹ ਤੇ ਉੱਥੇ ਆਪਣੀ ਮੋਹਰ ਲਾ ਰਿਹਾ ਵੀ ਜਿਵੇਂ ਇਹਨਾਂ ਨੇ ਕੀਤਾ ਹੋਵੇ
जो प्रधानमंत्री के साइंटिफिक टेंपर की गल तो इतों अंदाजा ला लो कि ये कह रहे थे कि कितने बॉम्बे दे विच डॉक्टर भाषण दिंदा हो साढ़े तो पुराने जमाने दे विच ही इन्ने ज़्यादा तरक्की की हुई सी माइक्रोसर्जरी ने कि असी गणे जिहड़े गणेश जी की प्रतिमा आ जिहड़ी उहदा बिंब आ उसनू संबोधित हुंदे कह रहे सी कि हाथी का सिर कट के असी बंदे ते लाता इन्नी ज़्यादा माइक्रोसर्जरी एडवांस की हुई सी असी हुण थोड़े जे पिछे हो गए हाँ भी असी अगे ज होर जाना चाहिए जाने अपनी वालों तो फड़ मार रहे थे उन्होंने ताड़ियाँ मरवाउण लई पर हुण थले बंदे तो सारे हसदे ही है ना भी जिहड़ा जानवर का सिर बंदे नूं किवें लग सकता इहो जिहियां गल्लां बेतुकियां जिन्हां दा साइंस दा इन्ना क इलम होवे वह ताड़ियाँ मरवाई जान वाह वाही खट्टी जान इलैक्शन लुट लैण ये तो हुण साढ़े जिहो जिहे लोग हैगे आ उन्हां ते निर्भर करदा किवें मीडिया उहनूं पेश करदा किवें उहनूं उभारिया जांदा किवें उहनूं प्रचारिया जांदा फैक्ट यही है कि इसरो शायद 1962 दे विच होंद च आया नहरू का यह विजन सी कि सानू इस पासे भी चलना चाहिए हुण 1962 नू अज तक देख लो कि किन्ने साल हो गए आ 40 ते 20 60 साल ये 60 सालां दे जिहड़ी अज तक दी मेहनत आ लगातार उत्थे हो रही है उहदे सिट्टे वजों इह होया 600 करोड़ रुपया लगा इस सारे काम लई ते जे 600 करोड़ रुपया लगा उह किहड़ी जेब चों निकलिया मोदी जी दे भई जी बीजेपी के किसी लीडर की भी जेब चो निकलिया सरकारी खजाने चो गया जी तो लोगों का पैसा आया सरकारी खजाने कहते उ पैसे सूंदे आ बैंक के अंदर ज खजाने के अंदर ताडे हवा तुमां के जेडे आ इसलिए वो जो पैसे साढ़े लोगों के टैक्स पेयर के मनी तो जाते हैं वो खून लोगों के खून पसीने के साइंटिस्टा गया साइंटिस्टा ने उत्थे अपनी उपलब्धि गिणाई इसलिए समुचे देश नूं माण महसूस करन वाली गल आ ना कि मोदी जी ने कोई इहो जिहा जंतर छड्डिया कि जिन्हें चक के जिहड़ा अजे तक काम नहीं सी होया वो पहुँचा ता अकड़ा कोई निजी रॉकेट छड्ड के इत्थे उहनूं उत्थे तक पहुँचाता इंज नहीं होया जे इन्ने ही ताकतवर सी इन्ने ही सूझबूझ वाले प्रधानमंत्री सी ते पिछली बारी क्यों ना पहुँचाता बई उदों भी तो प्रधानमंत्री सी ते साइंटिस्टां दी गल है वह बड़े हंबल से वह कहिंदे सानू असीं बहुत तजर्बे किए आ मैं खुद 35 मिनट कल सारी कार्रवाई देखी है जी मैं टीवी बहुता देखता नहीं पर मेरा साइंस च इंट्रस्ट है मैं साइंस का स्टूडेंट भी हैगा कि भी ये किवें हुंदा किवें की इस तरह जिहड़े लास्ट मिनट से 17 मिनट्स उन्हां दा ते उहदे च कोई कनैक्शन नहीं रहिंदा उहने आटोमैटिकली आउणा सारा थल्ल्यों कोई कंट्रोल नहीं कंट्रोल खत्म हो जांदा तो वो जिहड़े कंट्रोल खत्म होकर किवें वो सारा लैंड किया वो अपने आप एक करिश्मा है बड़ी वड्डी प्राप्ति है बड़ी माण वाली गल आ साडे साइंटिस्टां लई साइंटिस्ट तो बोलन तो माण भी महसूस कर देश उन्होंने बधाइया भी दे भी ऐ कितों विच गल मतलब मैं तो कहना कि की कहीए हुण जिहड़ा गल थोड़ी चलदी च आ कि उस वेले भी एक चर्चा का विशा बनिया सी तुसीं बालाकोट की गल की उस तो पहले पुलवामा हुंदा आ पुलवामा दे विच जिहड़े आ 40 तो बाद जिहड़े आ भारत दे ओह पुत ओह सबूत शहीदियां प्राप्त कर जांदे आ ते इह भाजपा ने तो उस वेले भी लाहा खट्टण की कोशिश की उन्हां दीआं तस्वीरां ला के बैनरां ते फोटोआं ला के तो इह मुद्दा जिहड़ा 2024 दी इलैक्शन च इह बन सकदी भाजपा बना सकदी इह मुद्दा नहीं है क्योंकि देखो लोकां नूं कोई लैणा नहीं है जो जहाँ धरती से नरक पाता वह जहाँ उत्थे पा देंगे सोहना चंद लगता पोए पोएटा ने कविया ने किन्ना सोहना चंद बारे लिखिया अपन मशूक के चेहर चंद वर्गा चेहरा दसिया मतलब वो एक तारीफ दे विच किन्ना कुछ लिटरेचर हैगा है तो मिट्टी है वह भी धरती है भी उत्थे जे चले भी जान जाके उत्थे तंबू ला भी लैन तो किहड़ा उत्थे की कर लैणगे मैनू दसो आ धरती इन्नी सोहनी आ ते इहदा सत्यानाश कर दिता सारी का यही लोगों ने ही किया रल मिल के ना दरख्त छड़े ना पानी छड़िया ना हवा छड़ी रहन जोगा नहीं छड़िया बंदियां नूं इत्थे ते फिर हुण इह चंद नूं ढाउण चले आ उहदा कोई बहुता अर्थ नहीं है हाँ इहदा अर्थ इह है कि साइंस जदों तरक्की करदी आ उत्थे उह सिर्फ उहनूं इह ना समझो कि उत्थे पहुँच के की करना इह कई बंदे सवाल करदे भी अच्छा उत्थे पहुँच के फिर की होगा उत्थे कहते हुण झोना लाउणा जा के जां उत्थे किहड़े कोई उत्थे ट्रक ट्रुक चलाया करने आपां उत्थे कोई रेस्टोरेंट खोलणे आ इहो जी कोई इहो जी गल नहीं हैगी साइंस दी जदों एक पासे नूं तरक्की इहो जी एडे रिमोट कंट्रोल दे नाल इत्थे तक टारगेट ते पहुंचण दी हुंदी है वह मार्स नूं भी जाणगे होरना प्लैनेट सिस्टम ते भी जाणगे पर उक इहदे कई कई इहदे पक्खां तों देखणा चाहीदा इक ते कि साडे साइंटिस्ट भी एडे उच्चे सुच्चे हो गए आ कि उह दुनिया दे विच मुकाबले च मंडी महसूस हुंदा बिल्कुल उहनां दे मुकाबले ते खड़े आ चार वड्डियां देशां दे मुकाबले ते खड़े आ हुणे ही जिहड़ा इहो जिहा
ਜਿਹੜਾ ਮੂਨ ਦੇ ਉੱਤੇ ਮਸ਼ੀਨ ਨੇ ਉਤਰਨਾ ਸੀਗਾ ਸੈਂਟੀਫਿਕ, ਪਤਾ ਨਹੀਂ ਹੁਣ ਉਹਨਾਂ ਨੇ ਕੀ ਆ, ਅਸੀਂ ਤਾਂ ਚੰਦਰਾਇਨ ਇਹਦਾ ਨਾਂ ਦਿੱਤਾ, ਉਹਨਾਂ ਨੇ ਵੀ ਕੋਈ ਨਾਂ ਦਿੱਤਾ ਸੀ ਮੈਨੂੰ ਭੁੱਲ ਗਿਆ, ਰੂਸੀਆਂ ਨੇ ਉਹ ਡਿੱਗ ਪਈ ਨਹੀਂ ਪਹੁੰਚ ਸਕੀ, ਸਾਡੇ ਨਾਲੋਂ ਜ਼ਿਆਦਾ ਪਹਿਲਾਂ ਦੇ ਉੱਥੇ ਪਹੁੰਚੇ ਹੋਏ ਆ, ਚੰਦਰਮੇ ਦੇ ਪੈਦਲ ਉਹਨਾਂ ਦੇ ਐਸਟ੍ਰੋਨੋਟਸ ਪਹਿਲਾਂ ਦੇ ਪਹੁੰਚੇ ਹੋਏ ਆ, ਹੈ ਨਾ, ਤੁਹਾਨੂੰ ਗੈਗਰੀਨ ਜਿਹੜਾ ਸੀ ਵਗੈਰਾ ਵਗੈਰਾ, ਪੁਰਾਣੀਆਂ ਗੱਲਾਂ ਜਦੋਂ ਅਸੀਂ ਸਕੂਲਾਂ 'ਚ ਹੁੰਦੇ ਸੀ ਉਦੋਂ ਪੜ੍ਹਦੇ, ਬੜੇ ਪੁਰਾਣਾ ਉਹਨਾਂ ਦਾ ਜਦੋਂ ਕੋਲਡ ਵਾਰ ਸੀਗੀ, ਅਤੇ ਇਸ ਕਰਕੇ ਜੇ ਉਹ ਵੀ ਫੇਲ ਹੋ ਸਕਦੇ ਸਾਡੇ ਵੀ ਕੋਈ ਗੱਲ ਨਹੀਂ, ਇਹ ਸਾਇੰਟਿਸਟਾਂ ਦਾ ਕੰਮ ਆ। ਪਰ ਇਹ ਜਿਹੜੇ ਬੰਦੇ ਤੁਹਾਡੀ ਚਿੰਤਾ ਆ, ਉਹ ਹੈ ਆ ਕਿ ਕੋਸ਼ਿਸ਼ ਹੈ ਰਾਜਨੀਤਿਕ ਲੋਕ ਹਰ ਗੱਲ 'ਤੇ ਆਪਣੀ ਮੋਹਰ ਲਾਉਣ ਦੀ ਕਰਕੇ ਜਿਵੇਂ ਚੱਕ ਕੇ ਉੱਥੇ ਰੱਖ ਰਹੇ ਹੁਣ, ਇਹਦੇ 'ਚ ਉਸ ਕਿਸਮ ਦੀ ਕੋਈ ਸਾਨੂੰ ਬਹੁਤੀਆਂ ਭੂਮਿਕਾਵਾਂ ਨਹੀਂ। ਹਾਂ, ਇਹ ਤਰੱਕੀ ਜਿਹੜੀ ਇਸ ਪੱਖ ਦੇ ਵਿੱਚ ਹੋਈ ਆ, ਉਸੇ ਇਸੇ ਨੂੰ ਹੋਰਨਾਂ ਜਗ੍ਹਾ 'ਤੇ ਵੀ ਵਰਤਿਆ ਜਾ ਸਕਦਾ, ਕੱਲ੍ਹ ਨੂੰ ਵਾਰ 'ਚ ਵੀ ਵਰਤਣਗੇ, ਡਰੋਨ 'ਚ ਵੀ ਵਰਤਣਗੇ, ਕਿਵੇਂ ਸਹੀ ਜਗ੍ਹਾ 'ਤੇ ਟਾਰਗੇਟ ਕਰਕੇ ਆਪਣੇ ਦੁਸ਼ਮਣਾਂ ਨੂੰ ਮਾਰਨਾ, ਦੁਸ਼ਮਣ ਕਿਹੜੇ ਜਿਹੜੇ ਆਪ ਹੀ ਬਣਾਏ ਹੋਏ ਆ, ਜ਼ਰੂਰੀ ਨਹੀਂ ਉਹ ਦੁਸ਼ਮਣ ਹੋਣ, ਸਭ ਤੋਂ ਵੱਡਾ ਦੁਸ਼ਮਣ ਤਾਂ ਇਹਨਾਂ ਲਈ ਪਾਕਿਸਤਾਨ ਆ, ਅਸੀਂ ਕਹਿੰਦੇ ਸਾਡੇ ਭਰਾ ਆ, ਹੁਣ ਇਹ ਪਤਾ ਨਹੀਂ ਕੀ ਆ ਅਤੇ ਕਿੱਦਾਂ ਹੈ। ਪਰ ਇਹ ਗੱਲ ਹੈ, ਜਿਹੜੀ ਸਾਇੰਸ ਜਦੋਂ ਤਰੱਕੀ ਕਰਦੀ ਹੈ ਤਾਂ ਉਸ ਦੀਆਂ ਇੰਪਲੀਕੇਸ਼ਨ ਸਿਵਲ ਸੁਸਾਇਟੀ ਲਈ ਵੀ ਹੈ, ਡਿਫੈਂਸ ਲਈ ਵੀ ਹੈ, ਉਹਦੀਆਂ ਕਈ ਕਿਸਮ ਦੇ ਹੋਰ ਜਗ੍ਹਾ 'ਤੇ ਵੀ ਵਰਤੋਂ ਅਤੇ ਕਵਰਤੋਂ ਹੋਣ ਦੇ ਖਤਰੇ ਵੀ ਬਣੇ ਰਹਿੰਦੇ ਆ ਅਤੇ ਸੰਭਾਵਨਾ ਵੀ ਬਣੀ। ਇੱਕ ਤੁਸੀਂ ਹੁਣੇ ਨਾਮ ਜਿਹੜਾ ਲਿਆ ਉਹ ਪਾਕਿਸਤਾਨ ਦਾ ਲਿਆ, ਮੈਂ ਵੀ ਤਕਰੀਬਨ ਕੱਲ੍ਹ ਦਾ ਇਹ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਕਿ ਪਾਕਿਸਤਾਨ ਦਾ ਜਿਹੜਾ ਵਾਮ ਆ, ਪਾਕਿਸਤਾਨ ਦੇ ਲੋਕ ਆ, ਸੋਸ਼ਲ ਮੀਡੀਆ ਦੇ ਉੱਤੇ ਬਹੁਤ ਲੋਕ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਭਾਰਤ ਦੇ ਸਾਇੰਸਦਾਨਾਂ ਨੂੰ ਵਧਾਈ ਦਿੰਦੇ ਹਾਂ, ਅਸੀਂ ਭਾਰਤ ਨੂੰ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਇੱਕ ਬਹੁਤ ਵੱਡੀ ਪਲਾਂਘ ਪੱਟੀ ਆ, ਵੀ ਭਾਵੇਂ ਕਿ ਉਹਨਾਂ ਨੇ ਇਹ ਕਿਹਾ ਵੀ ਸਾਡਾ ਦੇਸ਼ ਅਜੇ ਇਸ ਗੱਲ ਦੇ ਨੇੜੇ ਤੇੜੇ ਵੀ ਹੈ ਨੀਗਾ। ਪਾਕਿਸਤਾਨ ਦੇ ਆਮ ਲੋਕ, ਆਮ ਆਵਾਮ ਵੱਲੋਂ ਇਸ ਤਰ੍ਹਾਂ ਖੁਸ਼ੀ ਪ੍ਰਗਟ ਕਰਨੀ, ਇਹਨੂੰ ਕੀ ਸ਼ੁਭ ਸ਼ੰਕੇ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਆ, ਇਹ ਜਿਹੜੇ ਦੋ ਖਿੱਤੇ ਅਲੱਗ ਹੋਏ ਆ, ਉਹਨਾਂ ਵਿੱਚ ਇਹ ਇੱਕ ਚੰਗੇ ਦੀ ਗੱਲ ਆ। ਦੇਖੋ, ਹੋਣਾ ਤਾਂ ਚਾਹੀਦਾ ਆ, ਸਾਡਾ ਵੰਡਿਆ ਤਾਂ ਕੁਛ ਵੀ ਨਹੀਂ ਹੈ। ਮੈਂ ਅੱਗੇ ਕਈ ਵਾਰੀ ਨੇਪਾਲ ਦੀ ਇਗਜ਼ੈਂਪਲ ਦੇ ਕੇ ਕਹਿੰਦਾ ਸੀਗਾ ਵੀ ਜਦੋਂ ਨੇਪਾਲ ਦੇ ਉੱਤੇ ਸਾਡਾ ਕੋਈ ਕੰਡਿਆਂ ਵਾਲੀ ਧਾਰ ਨਹੀਂ ਹੈ, ਖੁੱਲ੍ਹਾ ਆ ਬਾਰਡਰ, ਮੈਂ ਸਾਡਾ ਫਾਰਮ ਆ ਉੱਥੇ ਯੂਪੀ ਦੇ ਵਿੱਚ ਨੇਪਾਲ ਦੇ ਬਾਰਡਰ 'ਤੇ, ਸਾਡੇ ਡੰਗਰ ਨੇਪਾਲ ਦਾ ਘਾਹ ਚੁੱਕ ਕੇ ਸ਼ਾਮ ਨੂੰ ਆ ਜਾਂਦੇ ਆ, ਕੋਈ ਵੀਜ਼ਾ ਨਹੀਂ ਆ ਡੰਗਰਾਂ ਦਾ, ਮੱਝਾਂ ਦਾ, ਸਮਝੇ ਨਹੀਂ, ਲੇਬਰ ਰੋਜ਼ ਨੇਪਾਲ ਤੋਂ ਆਉਂਦੀ ਆ, ਸਾਡੇ ਖੇਤਾਂ 'ਚ ਕੰਮ ਕਰਦੀ ਆ, ਸ਼ਾਮ ਨੂੰ ਘਰੇ ਚਲੇ ਜਾਂਦੀ, ਕੋਈ ਇੱਥੇ ਨਹੀਂ ਟਿਕਦਾ। ਮੈਨੂੰ ਕਿਸੇ ਨੇ ਕੱਲ੍ਹ ਹੋਰ ਗੱਲ ਦੱਸੀ ਜਿਹੜੇ ਮੈਨੂੰ ਨਹੀਂ ਆਈਡੀਆ ਆਇਆ, ਮੈਂ ਪਾਕਿਸਤਾਨ ਦੇ ਕੰਟੈਕਸਟ 'ਚ ਹੀ ਗੱਲ ਕਰਨ ਲੱਗਾ, ਜਿਹੜਾ ਮੈਨੂੰ ਨਹੀਂ ਆਈਡੀਆ, ਉਹ ਕਹਿੰਦੇ ਜੀ ਯੂਰੋਪੀਅਨ ਕੰਟਰੀ ਆ, ਇੱਕ ਬੰਦੇ ਨੇ ਵੀਡੀਓ ਬਣਾ ਕੇ ਦਿੱਤੀ, ਕਹਿੰਦਾ ਜੀ ਆਹ ਦੇਖੋ ਜੀ ਹੁਣ ਮੈਂ ਫਰਾਂਸ 'ਚ ਹਾਂ, ਹੁਣ ਚੱਲਿਆ ਇੱਥੋਂ ਜਰਮਨੀ, ਇਹ ਆਹ ਲਓ ਪੁਲ ਪਾਰ ਕਰਕੇ ਮੈਂ ਜਰਮਨੀ ਆ ਗਿਆ, ਕੋਈ ਮੈਨੂੰ ਕਿਸੇ ਨੇ ਨਹੀਂ ਪੁੱਛਿਆ, ਕੋਈ ਕਿਸੇ ਨਹੀਂ, ਫਿਰ ਉਹ ਜਰਮਨੀ ਤੋਂ ਕਹਿੰਦਾ ਮੈਂ ਚੱਲਿਆ ਜੀ ਹੁਣ ਪੋਲੈਂਡ, ਆਹ ਲਓ ਜੀ ਹੁਣ ਮੈਂ ਪੋਲੈਂਡ 'ਚ ਵੜ ਗਿਆ, ਤੁਹਾਨੂੰ ਕੋਈ ਪਤਾ ਲੱਗਾ ਵੀ ਪੋਲੈਂਡ ਆ ਗਿਆ, ਕਹਿੰਦਾ ਪਰ ਮੈਂ ਹੁਣ ਪੋਲੈਂਡ 'ਚ ਆ ਗਿਆ। ਪਰ ਉਹ ਇਹ ਥੋੜ੍ਹੀ ਕਿ ਜਰਮਨ ਵਾਲੇ ਪੋਲੈਂਡ 'ਚ ਭੱਜ ਗਏ ਆ ਜਾਂ ਪੋਲੈਂਡ ਵਾਲੇ ਜਰਮਨ 'ਚ ਆ ਕੇ ਸਾਰੇ ਬੈਠ ਗਏ ਆ ਅਤੇ ਹੁਣ ਕੋਈ ਉੱਥੇ ਰੋਕਿਆ ਨਹੀਂ ਜਾ ਰਿਹਾ, ਹੜ੍ਹ ਆ ਗਿਆ ਲੋਕਾਂ ਦਾ, ਇਸ ਤਰ੍ਹਾਂ ਕੁਛ ਨਹੀਂ ਹੁੰਦਾ। ਇਹ ਇਸੇ ਤਰੀਕੇ ਨਾਲ ਜੇ ਉਹ ਇੰਨੇ ਕੰਟਰੀ ਸਾਰੇ ਇਕੱਠੇ ਹੋ ਕੇ ਬਾਰਡਰ ਖੋਲ੍ਹ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਆ, ਅਤੇ ਸਾਡਾ ਵੀ ਬਾਰਡਰ ਖੋਲ੍ਹ ਕੇ ਅਸੀਂ ਕੰਮ ਨਹੀਂ ਕਰ ਸਕਦੇ, ਇਹ ਤਾਂ ਜਾਣ ਬੁੱਝ ਕੇ ਪੁਆੜਾ ਪਾਇਆ ਹੋਇਆ, ਇਹ ਤਾਂ ਪੰਜਾਬ ਨੂੰ ਕਮਜ਼ੋਰ ਕਰਨ ਲਈ ਆ। ਸਾਫ਼ ਮੈਂ ਕਹਿੰਦਾ ਕਿ ਸਿਵਾਏ ਇਹ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਤੋਂ ਹੋਰ ਕੁਛ ਨਹੀਂ ਹੈ। ਉਹਨਾਂ ਵੀ ਕੁਛ ਨਹੀਂ ਖੱਟਿਆ, ਜਿਹੜੀ ਮੁਸਲਿਮ ਲੀਗ ਬਣਾਈ ਸੀ, ਲੈ ਲਓ ਇਸਲਾਮਿਕ ਰਾਜ ਜਿਹੜਾ ਹੁਣ ਉੱਥੇ, ਨਾ ਉੱਧਰ ਦੇ ਰਹੇ ਨਾ ਉੱਧਰ ਦੇ ਰਹੇ, ਅਤੇ ਤੁਸੀਂ ਹੁਣ ਉੱਥੇ ਤਾੜੀਆਂ ਮਾਰੀ ਚੱਲੋ ਸਾਡੇ ਚੰਦਰਾਇਨ ਦੇ ਉੱਤੇ, ਪਰ ਆਪ ਕੀ ਕਰ ਲਿਆ, ਤੁਹਾਡੇ ਉਹ ਜਿਹੜਾ ਦੇਖਦੇ ਹਾਂ ਰੋਜ਼ ਕੀ ਹੋ ਰਿਹਾ, ਕਦੀ ਇਮਰਾਨ ਅੰਦਰ ਜਾਊਗਾ, ਕਦੀ ਆਹ ਹੋਊਗਾ, ਕਦੀ ਫੌਜ ਆ ਜਾਂਦੀ, ਕਦੀ ਉਹ ਹੋ ਜਾਂਦਾ। ਇਸ ਲਈ ਖੱਟਿਆ ਉਹਨਾਂ ਨੇ ਵੀ ਕੁਛ ਨਹੀਂ, ਖੱਟਿਆ ਪੰਜਾਬ ਨੇ ਕੁਛ ਨਹੀਂ, ਪੰਜਾਬ 'ਤੇ ਬਿਲਕੁਲ ਹੀ ਲਹੂ ਲੁਹਾਣ ਹੋਣ ਤੋਂ ਇਲਾਵਾ ਕੁਛ ਨਹੀਂ ਖੱਟਿਆ। ਇਸ ਲਈ ਚਾਹੀਦਾ ਇਹ ਆ ਜਿਹੜੀ ਉਹ ਸਾਨੂੰ ਸਦਭਾਵਨਾ ਦਿਖਾ ਰਹੇ ਆ, ਜਿਹੜੀ ਖੁਸ਼ੀ ਪ੍ਰਗਟ ਕਰ ਰਹੇ, ਅਸੀਂ ਵੀ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਇਆ ਕਰੀਏ, ਔਰ ਉਹਨਾਂ ਦੀ ਜਿੱਥੇ ਗਾਹੇ ਬਗਾਹੇ ਉਹਨਾਂ ਨੂੰ ਲੋੜ ਪੈਂਦੀ ਆ, ਸੱਚੀ ਮੁੱਚੀ ਮਦਦ ਕਰਿਆ ਕਰੀਏ। ਇਹ ਨਹੀਂ ਕਿ ਹਾਂ ਜੀ ਅਸੀਂ ਆਏ ਜੀ ਕਿ ਤਗੜੇ ਰਹੋ ਬੜੇ ਵਧੀਆ, ਉਹਦੇ ਨਾਲ ਨਹੀਂ, ਜਿੱਥੇ ਪਿਛਿਆੜ ਆਏ ਸੀਗੇ, ਜੇ ਅਸੀਂ ਕਿਤੇ 1000-2000 ਟਰੱਕ ਦਾਣਿਆਂ ਦਾ ਭੇਜ ਦਿੰਦੇ ਤਾਂ ਅਸੀਂ ਕਿਹੜੇ ਉੱਥੇ ਕਮਜ਼ੋਰ ਹੋ ਜਾਣਾ ਸੀਗਾ, 1,00,000-2,00,000 ਟਨ ਚਲੇ ਜਾਂਦੇ ਦਾਣੇ 'ਤੇ, ਕੀ ਫਰਕ ਪੈਣਾ ਸੀਗਾ, ਕੁਛ ਨਹੀਂ ਕੀਤਾ ਅਸੀਂ, ਕਰਨਾ ਚਾਹੀਦਾ ਹੁੰਦਾ। ਇਹ ਇੱਕ ਸੰਬੋਲਿਕ ਗੱਲਾਂ ਹੁੰਦੀਆਂ, ਸਾਡੇ ਹੀ ਭਰਾ ਆ, ਅਤੇ ਕੰਡਿਆਂ ਵਾਲੀ ਤਾਰ ਹਟਾਓ, ਇੱਕ ਮੂਵਮੈਂਟ ਚਲਾਓ ਤੁਸੀਂ, ਕੰਡਿਆਂ ਵਾਲੀ ਤਾਰ ਹਟਾਓ ਅਤੇ ਪਿਆਰ ਵਧਾਓ, ਬਸ ਇਹ ਮੂਵਮੈਂਟ ਚੱਲਣੀ ਚਾਹੀਦੀ। ਜੀ, ਤੁਸੀਂ ਗੱਲ ਸਦਭਾਵਨਾ ਦੀ ਪਿਆਰ ਦੀ ਕੀਤੀ ਆ, ਇੱਕ ਪਾਸੇ ਤਾਂ ਈਡੀ ਅੱਜ ਸਵੇਰ ਦੀ ਜਿਹੜੀ ਆ ਉਹ ਪੰਜਾਬ ਦੇ ਵੱਖ ਵੱਖ ਰਾਜਨੀਤਿਕ ਲੀਡਰਾਂ ਅਤੇ ਹੋਰ ਅਦਾਰਿਆਂ 'ਤੇ ਰੇਡਾਂ ਮਾਰ ਰਹੀ ਆ, ਦੂਸਰੇ ਪਾਸੇ ਭਗਵੰਤ ਸਿੰਘ ਮਾਨ ਦੀ ਪੁਲਿਸ ਨੇ ਪਿਛਲੇ ਦਿਨੀ ਕਿਸਾਨ ਆਗੂਆਂ ਦੇ ਉੱਤੇ ਦਬਸ਼ ਦੇ ਕੇ ਉਹਨਾਂ ਨੂੰ ਹਾਊਸ ਅਰੈਸਟ ਕੀਤਾ, ਉਹਨਾਂ ਨੂੰ ਘਰਾਂ 'ਚ ਬੰਦ ਕੀਤਾ, ਕੁਛ ਨੂੰ ਚੁੱਕਿਆ ਵੀ ਗਿਆ ਕਿ ਤਾਂ ਕਿ ਜਿਹੜੀ ਇੱਕ ਚੰਡੀਗੜ੍ਹ ਦੀ ਕਾਲ ਸੀਗੀ ਉਹ ਜਿਹੜੀ ਸਫਲ ਨਾ ਹੋ ਸਕੇ, ਜਿਹਦੇ ਵਿੱਚ ਟਕਰਾਓ ਦੀ ਸਥਿਤੀ ਲੌਂਗੋਵਾਲ 'ਚ ਪੈਦਾ ਹੋਈ, ਇੱਕ ਕਿਸਾਨ ਦੀ ਮੌਤ ਵੀ ਹੋਣੀ ਆ।
ਇਹ ਜੇ ਕੱਲ ਸੈਂਟਰ ਦੀਆਂ ਏਜੰਸੀਆਂ ਦੀ ਕਰ ਲਈਏ ਚਾਹੇ ਪੰਜਾਬ ਦੀਆਂ ਏਜੰਸੀਆਂ ਦੀ ਕਰ ਲਈਏ, ਬਜਾਏ ਇਸ ਦੇ ਕਿ ਲੋਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ, ਇਹਦੇ ਪਿੱਛੇ ਕੋਈ ਵੋਟਾਂ ਦੀ ਰਾਜਨੀਤੀ, ਕੋਈ ਪੋਲੀਟੀਕਲ ਏਜੰਡਾ ਵੀ ਝਲਕ ਰਿਹਾ? ਦੇਖੋ, ਮੈਨੂੰ ਇੰਝ ਲੱਗਦਾ ਕਿ ਇਹ ਬੜੀ ਚਰਚਾ ਚੱਲ ਰਹੀ ਆ, ਕਿਸਾਨਾਂ 'ਚ ਵੀ ਇੱਕ ਪਰਸੈਪਸ਼ਨ ਬਣੀ ਹੈ, ਇਸ ਕਿਸਮ ਦੀ ਸੋਚ ਪੈਦਾ ਹੋਈ ਆ ਕਿ ਇਹ ਜਿਹੜਾ ਉੱਥੇ ਹਮਲਾ ਲੌਂਗੋਵਾਲ ਦੇ ਵਿੱਚ ਕੀਤਾ ਗਿਆ ਅਤੇ ਇੱਕ ਕਿਸਾਨ ਪ੍ਰੀਤਮ ਸਿੰਘ ਸ਼ਹੀਦ ਹੋਇਆ, ਇਹਦੀਆਂ ਸ਼ਾਇਦ ਇਸ਼ਾਰਾ ਦਿੱਲੀ ਵੱਲੋਂ ਹੋਇਆ ਅਤੇ ਉਹ ਵੱਡੇ ਰਾਜਨੀਤਿਕ ਕੰਕਲੂਜ਼ਨ ਕੱਢ ਰਹੇ ਆ ਕਿ ਭਗਵੰਤ ਮਾਨ ਦੀ ਸਰਕਾਰ ਇਸ ਵੇਲੇ ਜਿੱਧਰ ਅਮਿਤ ਸ਼ਾਹ ਚਲਾਉਂਦਾ ਉੱਧਰ ਨੂੰ ਚੱਲ ਰਹੀ ਆ। ਅਤੇ ਅੱਜ ਤਾਂ ਮੈਂ ਕਿਤੇ ਹੋਰ ਵੀ ਪੜ੍ਹ ਲਿਆ, ਪਤਾ ਨਹੀਂ ਉਹ ਗੱਪ ਆ ਕਿ ਠੀਕ ਆ, ਲਓ ਜੀ ਇਹਨਾਂ ਕਾਰਨਾਂ ਕਰਕੇ, ਕਿਉਂਕਿ ਕੇਜਰੀਵਾਲ ਨੂੰ ਕੇਂਦਰ ਤੰਗ ਕਰ ਰਿਹਾ, ਬੀਜੇਪੀ ਤੰਗ ਕਰ ਰਿਹਾ ਅਤੇ ਭਗਵੰਤ ਮਾਨ ਉਹਨਾਂ ਦੀ ਗੱਲ ਸੁਣ ਰਿਹਾ, ਇਹਨਾਂ ਦੇ ਵਿੱਚ ਪਾੜਾ ਪੈ ਰਿਹਾ। ਇਹ ਗੱਲਾਂ ਹਵਾਈ ਗੱਲਾਂ, ਮੈਂ ਇਹ ਨਹੀਂ ਕਹਿ ਰਿਹਾ ਵੀ ਇੰਝ ਹੋ ਰਿਹਾ, ਪਰ ਇਹ ਜਿਹੜੇ ਲੋਕ ਕਿਆਸ ਰਾਈਆਂ ਲਾ ਕੇ ਸੋਸ਼ਲ ਮੀਡੀਆ 'ਤੇ ਹਾਲਾ ਲਾਲਾ ਕਰ ਰਹੇ ਰਹਿੰਦੇ ਆ, ਇਹੋ ਜਿਹੀਆਂ ਚਰਚਾਵਾਂ ਚਲਾ ਰਹੇ। ਇੱਕ ਗੱਲ ਸਾਫ ਆ ਕਿ ਇਹ ਬੰਦੇ ਮੇਨਲੀ ਇਸ ਕਰਕੇ ਆ ਰਹੇ ਸੀ, ਕਿਸੇ ਪੰਜਾਬ ਦੀ ਜਾਂ ਹਰਿਆਣੇ ਦੀ ਸਰਕਾਰ ਵਿਰੁੱਧ ਇੱਥੇ ਨਹੀਂ ਸੀ ਇਕੱਠੇ ਹੋ ਰਹੇ ਮੋਰਚਾਬੰਦੀ 'ਚ, ਉਹ ਤਾਂ ਇੱਥੋਂ, ਕਿਉਂਕਿ ਚੰਡੀਗੜ੍ਹੋਂ ਜਦੋਂ ਦਿੱਲੀ ਵੱਲ ਨੂੰ ਮੂੰਹ ਕਰਕੇ ਫੌਜਾਂ ਕੁਝ ਪਕਾਰਦੀਆਂ ਜਾਂ ਫੁੰਕਾਰ ਮਾਰਦੀਆਂ ਆ ਤਾਂ ਉਹਦੀ ਆਵਾਜ਼ ਦੂਰ ਤੱਕ ਜਾਂਦੀ ਆ, ਉਹਦਾ ਅਸਰ ਦੂਰ ਤੱਕ। ਇੱਥੇ ਮੀਡੀਆ ਬੈਠਾ ਆ, ਇੱਥੇ ਸਰਕਾਰਾਂ, ਇੱਥੇ ਸੱਤਾ ਦਾ ਕੇਂਦਰ ਆ, ਇਹ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ ਅਤੇ ਕੁਦਰਤੀ ਹੈ, ਉਹਨਾਂ ਦੀ ਇੱਕ ਪੋਸਟ ਆ, ਕੇਂਦਰ ਦੀ ਇਹ ਪੋਸਟ ਆ, ਗਵਰਨਰ ਇੱਥੇ ਬੈਠਾ ਆ ਬਨਵਾਰੀ ਲਾਲ ਪੁਰੋਹਿਤ। ਇਸ ਕਰਕੇ ਉਹ ਇੱਥੇ ਆ ਰਹੇ ਸੀ ਕਿ ਕੇਂਦਰ ਨੂੰ ਅਸੀਂ 50,000 ਕਰੋੜ ਰੁਪਈਏ ਦੇ ਮੁਆਵਜ਼ੇ ਲਈ ਪੰਜਾਂ ਸੂਬਿਆਂ ਲਈ ਕਰ ਸਕੀਏ, MSP ਦੀ ਗੱਲ ਕਰ ਸਕੀਏ, ਹੋਰ ਜਿਹੜਾ ਰਾਹਤ ਨਹੀਂ ਦਿੱਤੀ ਜਾ ਰਹੀ ਉਸ ਨੂੰ ਛੇਤੀ ਡਿਜ਼ਾਸਟਰ ਦੀ ਰਾਹਤ ਲਈ ਕਹਿ ਸਕੀਏ, ਹੋਰ ਗੱਲਾਂ ਮੰਗਾਂ ਵੀ, ਸੂਬੇ ਨਾਲ ਮੰਗਾਂ ਵੀ ਸੀਗੀਆਂ, ਉਹ ਸਾਰੀਆਂ ਗੱਲਾਂ ਲੈ ਕੇ ਅਤੇ ਉਹ ਇੱਥੇ ਆਉਣਾ ਚਾਹੁੰਦੇ। ਪਰ ਜਿਸ ਢੰਗ ਦੇ ਨਾਲ 2 ਦਰਜਣਾਂ ਸੜਕਾਂ ਦੇ ਉੱਤੇ ਨਾਕੇ ਲਾ ਕੇ ਇੰਜ ਫੋਰਟੀਫਿਕੇਸ਼ਨ ਕੀਤੀ ਚੰਡੀਗੜ੍ਹ ਦੀ, ਤੁਸੀਂ ਦੇਖਿਆ ਹੀ ਆ, ਜਿਸ ਬਿਲਕੁਲ ਉਸੇ ਤਰਜ਼ ਦੇ ਉੱਤੇ ਜਿਵੇਂ ਕਿ ਸਿੰਘੂ ਅਤੇ ਟਿੱਕਰੀ ਬਾਰਡਰ ਦੇ ਉੱਤੇ ਕੇਂਦਰ ਨੇ ਕੀਤੀ ਹੋਈ ਸੀ, ਵੀ ਜਿਵੇਂ ਕਿਤੇ ਪਾਕਿਸਤਾਨ ਨੇ ਹਮਲਾ ਕਰ ਦੇਣਾ ਹੋਵੇ ਚੰਡੀਗੜ੍ਹ 'ਤੇ, ਵੀ ਚਿੜੀ ਨਹੀਂ ਫੜਕਣੀ ਚਾਹੀਦੀ, ਇੱਕ ਜੂੰ ਨਹੀਂ, ਕੀੜੀ ਵੀ ਨਹੀਂ ਲੰਘਣੀ ਚਾਹੀਦੀ, ਇਹੋ ਜਿਹੇ ਹਾਲਾਤ ਪੈਦਾ ਕੀਤੇ ਹੋਏ। ਯਾਰ ਆਪਣੇ ਕਿਸਾਨ ਆ, ਉਹਨਾਂ ਦੀਆਂ ਵੋਟਾਂ ਲੈ ਕੇ ਤੁਸੀਂ ਸਰਕਾਰ ਬਣਾਈ ਹੋਈ ਆ, ਕਿਹੜੀ ਗੱਲ ਤੋਂ ਡਰੀ ਜਾਂਦੇ ਆ, ਕਿਹੜੀ ਗੱਲ ਤੋਂ ਤੁਸੀਂ ਇੰਨਾ ਉਹਨਾਂ ਨਾਲ ਖਫਾ ਹੈਗੇ ਆ, ਕਿਹੜੀ ਗੱਲ ਤੋਂ ਇੰਨਾ ਤੁਸੀਂ ਲੁਕਣਾ ਛਿਪਣਾ ਚਾਹੁੰਦੇ ਆ, ਗੱਲ ਕਰੋ। ਅਜੇ 4 ਦਿਨ ਪਹਿਲਾਂ ਤਾਂ ਤੁਸੀਂ ਉਹਨਾਂ ਨਾਲ ਪਿਆਰ ਪਿੰਗਾਂ ਪਾ ਕੇ ਮੀਟਿੰਗਾਂ ਕਰ ਰਹੇ ਸੀਗੇ, ਜਦੋਂ ਉਹ ਮਜ਼ਾਰੇ ਦੇ ਰੂਪ ਦੇ ਵਿੱਚ 16 ਯੂਨੀਅਨ ਆ ਰਹੀਆਂ ਤਾਂ ਫਿਰ ਤੁਹਾਨੂੰ ਬੜੀ ਉਹਦਾ ਤੱਤਾਪਣ ਲੱਗਾ, ਫਿਰ ਤੁਹਾਨੂੰ ਬੜਾ ਗੁੱਸਾ ਆਇਆ, ਤੁਸੀਂ ਕੁੱਟ ਕਟਾਪਾ ਵੀ ਆਪਣੇ ਹਲਕੇ 'ਚ ਕਰ ਦਿੱਤਾ ਸੰਗਰੂਰ ਦੇ ਵਿੱਚ, ਅਤੇ ਬੰਦਾ ਇੱਕ ਸ਼ਹੀਦ ਵੀ ਹੋ ਗਿਆ। ਇਸ ਲਈ ਇਹਦਾ ਅਤੇ ਜਿਹੜੀ ਸਮਝ ਲੋਕ ਰਾਜਨੀਤਿਕ ਨਤੀਜੇ ਜਾਂ ਇਹਦੇ ਰਾਜਨੀਤਿਕ ਕਾਰਨ ਕੀ, ਉਹ ਤਾਂ ਲੋਕ ਆਪ ਚਰਚਾ ਦੇ ਵਿੱਚੋਂ ਸਮਝ ਵੀ ਰਹੇ ਆ ਅਤੇ ਕੁਝ ਹੋਰ ਸਮਝ ਲੈਣਗੇ। ਇੱਕ ਉਹਦਾ ਰਿਜ਼ਲਟ ਜ਼ਰੂਰ ਚੰਗਾ ਨਿਕਲਿਆ ਕਿ ਕਿਸਾਨਾਂ ਨੇ ਫਿਰ ਇਹ ਦੱਸ ਦਿੱਤਾ ਕਿ ਜੇ ਸਾਨੂੰ ਹੱਥ ਪਾਓਗੇ ਤਾਂ ਛੱਡਾਂਗੇ ਅਸੀਂ ਨਹੀਂ, ਇਕੱਲੀ ਇਕੱਲੀ ਗੱਲ ਦੀ ਉਸੇ ਤਰੀਕੇ ਨਾਲ ਮਾਫ਼ੀ ਮੰਗਾ ਕੇ, ਮਾਫ਼ੀ ਹੁੰਦੀ ਹੈ ਜਦੋਂ ਸਾਰੀਆਂ ਗੱਲਾਂ ਮੰਨ ਲਈਆਂ, 10 ਲੱਖ ਰੁਪਈਏ ਦੀ ਵੀ ਗੱਲ ਕਹਿ ਲਈ, ਸਾਰੇ ਕੇਸ ਵੀ ਵਾਪਸ ਲੈ ਲਏ, ਬੰਦਿਆਂ ਨੂੰ ਛੱਡਣ ਦਾ ਵੀ ਹੋ ਗਿਆ, ਨੌਕਰੀ ਦੇਣ ਦਾ ਵੀ ਹੋ ਗਿਆ, ਫਿਰ ਹੋਰ ਗੱਲਾਂ ਵੀ ਜਿਹੜੀਆਂ ਵੀ ਸੂਬੇ ਦੇ ਨਾਲ ਸੀ, ਇਕੱਲੀ ਇਕੱਲੀ ਗੱਲ 3 ਘੰਟੇ ਦੀ ਮੀਟਿੰਗ ਬਾਅਦ ਸਾਰਾ ਕੁਝ ਮੰਨਿਆ। ਤਾਂ ਇਸ ਕਰਕੇ ਜਿਹੜੇ ਮੁਆਵਜ਼ੇ ਦੀਆਂ ਗੱਲਾਂ, ਹੋਰ ਸਾਰੀਆਂ ਗੱਲਾਂ ਉੱਥੇ ਸਾਰੀ ਚਰਚਾ ਡਿਟੇਲ ਚਰਚਾ 'ਚ ਹੋਈ, ਗੰਨੇ ਦੇ ਮੁਆਵਜ਼ੇ ਦੀ, ਮਿੱਲ ਦੀ, ਧੂਰੀ ਮਿੱਲ ਦੀ, ਜਿਹੜਾ ਸਾਰਾ ਚੱਲ ਰਿਹਾ। ਹੁਣ ਉਹਦੇ 'ਚੋਂ ਇਹ ਨਿਕਲਦਾ ਕਿ ਕਿਸਾਨਾਂ ਨੇ ਆਪਣੀ ਟਰਮਸ ਦੇ ਉੱਤੇ ਇਹ ਸਾਰਾ ਫੈਸਲਾ ਕੀਤਾ, ਜੋ ਮਨਾਉਣਾ ਚਾਹੁੰਦੇ ਸੀ ਔਰ ਜੋ ਇਹਨਾਂ ਨੇ ਮੁੱਦੇ ਖੜ੍ਹੇ ਕੀਤੇ ਸੀ ਉਹ ਪੂਰਾ ਮਨਾ ਕੇ ਹਟੇ। ਇਹਦਾ ਮਤਲਬ ਇਹੀ ਕੱਢਣਾ ਚਾਹੀਦਾ ਕਿ ਜੋ ਸਿੱਖਿਆ ਕਿਸਾਨ ਯੂਨੀਵਰਸਿਟੀ ਸਿੰਘੂ ਟਿੱਕਰੀ ਬਾਰਡਰ 'ਤੇ ਖੁੱਲ੍ਹੀ ਰਹੀ 1.5 ਸਾਲ, ਉਹਦੇ 'ਚੋਂ ਇਹ ਲੈ ਕੇ ਆਏ ਸੀ ਸਿੱਖਿਆ, ਔਰ ਜੋ ਰਾਜਨੀਤਿਕ ਚੇਤਨਾ ਅਤੇ ਉਹ ਉਹਨਾਂ ਦੀ ਲਗਾਤਾਰ ਜੋ ਅੱਜ ਤੱਕ ਪ੍ਰੇਰਨਾ ਬਣਦੀ ਜਾ ਰਹੀ ਉਹ ਚੇਤਨਾ, ਉਹ ਉਹਨਾਂ ਨੇ ਉਸੇ ਤਰੀਕੇ ਨਾਲ ਬਰਕਰਾਰ ਰੱਖੀ ਆ, ਉਹਨਾਂ ਦੇ ਅੰਦਰ ਉਹ ਜੋਤ ਵਾਂਗੂ ਜਾਗ ਰਹੀ ਹੈ, ਇਹ ਉਹਦਾ ਸਬੂਤ ਆ। ਅਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਸ ਰੀਜਨ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਹਰਿਆਣਾ, ਪੰਜਾਬ, ਪੱਛਮੀ ਯੂਪੀ, ਕੋਈ ਵੀ ਸਰਕਾਰ ਆ, ਉਹ ਧੱਕੇ ਨਾਲ ਦਬਾ ਕੇ ਅਤੇ ਇੰਜ ਲਾਠੀਆਂ ਮਾਰ ਕੇ ਆਪਣਾ ਕੰਮ ਚਲਾ ਲੂਗੀ। ਇਹ ਉਲਟਾ ਤਾਂ ਹੋ ਸਕਦਾ ਕਿ ਇਹਨਾਂ ਦਾ ਪਿੰਡਾਂ 'ਚ ਵੜਨਾ ਔਖਾ ਹੋ ਜਾਵੇ ਰਾਜਨੀਤਿਕ ਲੋਕਾਂ ਦਾ, ਜਿਵੇਂ ਪਹਿਲਾਂ ਉਹਨਾਂ ਨੇ ਮਜ਼ਾਰਿਆਂ ਦੇ ਨੇੜੇ ਨਹੀਂ ਲੱਗਣ ਦਿੱਤਾ। ਸਵਾਲ 'ਚੋਂ ਫਿਰ ਨਿਕਲਿਆ ਇੱਕ ਸਵਾਲ, ਪਹਿਲਾਂ ਇੱਕ ਲਗਭਗ 1.5 ਸਾਲ ਦੇ ਨੇੜੇ ਤੇੜੇ ਇੱਕ ਪਰਸੈਪਸ਼ਨ ਇੱਦਾਂ ਦੀ ਬਣਦੀ ਰਹੀ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਤਾਂ ਭਗਵੰਤ ਸਿੰਘ ਮਾਨ ਦਾ ਨਾਂ ਦਾ ਹੀ ਆ, ਬਈ ਜਿਹੜਾ ਉਹਨੂੰ ਕੇਜਰੀਵਾਲ ਚਲਾ ਰਿਹਾ, ਰਾਘਵ ਚੱਡਾ ਚਲਾ ਰਿਹਾ, ਸੰਦੀਪ ਪਾਠਕ ਚਲਾ ਰਿਹਾ, ਜਾਂ ਕਹਿ ਦਈਏ ਦਿੱਲੀ ਦੀ ਟੀਮ ਚਲਾ ਰਹੀ ਆ, ਪੰਜਾਬ ਦਾ ਇੱਥੇ ਕੋਈ ਯਾਨੀ ਕਿ ਜਿਹੜਾ
ਵਿੱਚ ਕੋਈ ਦਖਲ ਅੰਦਾਜ਼ੀ ਜ਼ਿਆਦਾ ਹੈ ਨਹੀਂ ਗੀ, ਸਿਰਫ ਇੱਕ ਸਾਈਨ ਹੀ ਭਗਵੰਤ ਮਾਨ ਦੇ ਹੁੰਦੇ। ਹੁਣ ਇੱਕ ਪ੍ਰਸੈਪਸ਼ਨ ਜਿਵੇਂ ਤੁਸੀਂ ਵੀ ਗੱਲ ਕੀਤੀ ਵੀ ਹੁਣ ਏਜੰਡਾ ਜਿਹੜਾ ਅਮਿਤ ਸ਼ਾਹ ਦਾ ਭਗਵੰਤ ਮਾਨ ਚਲਾ ਰਿਹਾ, ਇਹ ਗੱਲਾਂ ਕਿਤੇ ਇੱਦਾਂ ਨਹੀਂ ਲੱਗਦੀਆਂ ਹੈਗੀ ਵੀ ਭਗਵੰਤ ਸਿੰਘ ਮਾਨ ਦੀ ਜਿਹੜੀ ਛਵੀ ਖਰਾਬ ਕਰਨ ਲਈ ਮਾਰਕੀਟ ਜਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਆ, ਕਿ ਜਾਂ ਵਾਕਈ ਇੱਦਾਂ ਦੀ ਗੱਲ ਹੈ? ਦੇਖੋ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਆ ਕਿ ਕੇਂਦਰ ਸ਼ਾਸਿਤ ਪੰਜਾਬ ਹੀ ਆ, ਇਹ ਵੀ ਜਿਵੇਂ ਯੂਨੀਅਨ ਟੈਰੀਟਰੀ ਹੁੰਦੀ ਆ ਸਾਨੂੰ ਵੀ ਇੰਝ ਹੀ ਬਣਾਇਆ। ਰਾਘਵ ਚੱਡੀ ਤਾਂ ਇੱਥੇ ਮਤਲਬ ਕੀ ਆ, ਆਪਣਾ ਦਫ਼ਤਰ ਲੈ ਕੇ ਕੋਠੀ ਲੈ ਕੇ ਬੈਠਣ ਦਾ, ਨਾਲ ਏਡੀ ਵੱਡੀ ਸਿਕਿਉਰਟੀ ਦੇਣ ਦਾ ਕੀ ਮਤਲਬ? ਮੈਨੂੰ ਦੱਸੋ ਨਾ ਤੁਸੀਂ, ਸਵਾਏ ਉਹ ਜਿਹੜੀਆਂ ਇਕੱਲੀ ਇਕੱਲੀ ਫਾਈਲਾਂ ਨੂੰ ਪੰਜਾਬ ਦੀਆਂ ਨੂੰ ਸੁੰਘਦਾ ਫਿਰਦਾ, ਔਰ ਪਾਰਟੀ ਲਈ ਜੋ ਵੀ ਇੱਥੋਂ ਸਾਧਨ ਇਕੱਠੇ ਜੁਟਾਉਣੇ ਆ ਮੇਰੇ ਕੋਲ, ਹੁਣ ਪੂਰਾ ਮੂੰਹ ਨਾ ਖਿਲਾਓ, ਆਪ ਤੁਸੀਂ ਸਮਝ ਗਏ ਆ ਜਿਹੜਾ ਹੱਸ ਰਹੇ ਆ, ਦੋ ਸਾਡੇ ਸਰੋਤੇ ਵੀ ਸਮਝਦੇ ਆ, ਉਹ ਕੰਮ ਹੀ ਹੋ ਰਿਹਾ ਇੱਥੇ, ਹੋਰ ਕੀ ਆ ਇਹ? ਕਿਉਂਕਿ ਪੰਜਾਬ ਇਹ ਉਹਨਾਂ ਨੂੰ ਲੱਗਦਾ ਵੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈਗੀ ਆ, ਇਹ ਅੰਡੇ ਇਕੱਠੇ ਕਰਨੇ ਆ, ਬਸ ਉਹ ਉੱਥੇ ਇਕੱਠੇ ਕਰਦੇ ਆ, ਉੱਥੇ ਦਿੱਲੀ ਪਹੁੰਚ ਰਹੇ ਆ, ਕਿਉਂਕਿ ਗਾਂ ਚੋਣਾਂ ਦੇ ਵਿੱਚ ਉਤਰਨਾ ਹੈਗਾ। ਜਿਹੜੀ ਇਹ ਗੱਲ ਕਿਉਂ ਹੋ ਰਹੀ ਆ, ਉਹ ਇਕੱਲਾ ਕੇਜਰੀਵਾਲ ਨੂੰ ਵੀ ਤੁਸੀਂ ਉਹਦੇ 'ਚੋਂ ਬਹੁਤਾ ਬਾਹਰ ਨਹੀਂ ਰੱਖ ਸਕਦੇ, ਮੈਂ ਤਾਂ ਇਹ ਕਹੂੰਗਾ। ਆਪਸ ਵਿੱਚ ਉਹ ਲੜਾਈ ਦਿਖਾ ਰਹੇ ਆ, ਖਿੱਚੋ ਤਾਣ ਦਿਖਾ ਰਹੇ ਆ, ਮਾਰ ਦਿਆਂਗੇ ਕਰ ਦਿਆਂਗੇ, ਪਰ ਜਿਹੜਾ ਸਬ ਸਟ੍ਰੈਟਮ ਆ, ਜਿਹਦੀ ਜਿਹੜੀ ਥੱਲੇ ਧਰਾਤਲ ਆ, ਜ਼ਮੀਨ ਆ ਜਿਹਦੇ 'ਤੇ ਖੜ੍ਹੇ ਹੋ ਕੇ ਉਹ ਰਾਜਨੀਤੀ ਕਰ ਰਹੇ ਆ, ਉਹ ਬੀਜੇਪੀ ਦੀ ਜ਼ਮੀਨ ਤੋਂ ਅਤੇ ਇਹਨਾਂ ਦੀ ਜ਼ਮੀਨ ਤੋਂ ਕੋਈ ਬਹੁਤਾ ਫਰਕ ਨਹੀਂ ਹੈ। ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ, ਉਹੋ ਹੀ ਉੱਥੇ ਹੁੰਦਾ, ਉਹੋ ਹੀ ਤਿਰੰਗਾ ਮਾਰਚ ਉੱਥੇ ਹੁੰਦਾ, ਉਹੋ ਹੀ ਤਿਰੰਗਾ ਮਾਰਚ ਜਲੰਧਰ ਤੋਂ ਲੈ ਕੇ ਰਾਜਪੁਰੇ ਤੱਕ ਇਹਨਾਂ ਦਾ ਹੁੰਦਾ, ਤੁਸੀਂ ਦੇਖਿਆ ਹੀ ਆ ਸਾਰਾ ਕੁਝ, ਪਠਾਨਕੋਟ 'ਚ ਵੀ ਹੋਇਆ। ਇਸ ਲਈ ਇਹ ਕੋਈ ਉਹੀ ਦੇਸ਼ ਭਗਤੀ ਦੇ ਗਾਣੇ, ਉਹੀ ਤੁਸੀਂ ਰਾਮ ਮੰਦਿਰ ਦੀਆਂ ਮੁਫਤ ਸੈਰਾਂ ਕਰਾਉਣੀਆਂ ਬੋਲ ਕੇ ਆਏ ਆ ਨਾ, ਕਿ ਅਸੀਂ ਧਰਮ ਦੇ ਸਾਰੀਆਂ ਦੀਆਂ 9 ਵਾਅਦੇ ਕਰਕੇ ਆਏ, ਅਤੇ 9ਵਾਂ 'ਚੋਂ ਇੱਕ ਇਹ ਵੀ ਵਾਅਦਾ ਕਿ ਤੁਹਾਨੂੰ ਤੀਰਥ ਸਥਾਨਾਂ ਦੀ ਮੁਫਤ ਯਾਤਰਾ ਕਰਾਵਾਂਗੇ। ਵੀ ਲੋਕ ਤੀਰਥ ਸਥਾਨ ਅੱਜ ਤੱਕ ਯਾਤਰਾ ਕਰਦੇ ਹੀ ਰਹੇ ਆ, ਤੁਹਾਨੂੰ ਕਿਸੇ ਨੇ ਕਿਹਾ ਗੱਡੀ ਦਿਓ? ਬਿਲਕੁਲ ਉਹੋ ਜਿਹੀ ਗੱਲਾਂ ਕਿ ਜਿਸ ਤਰੀਕੇ ਨਾਲ ਤੁਹਾਨੂੰ ਇੱਥੇ ਮੁਫਤ ਬਿਜਲੀ ਦੇਣੀ, ਕਿਸੇ ਨੇ ਮੰਗੀ ਸੀ ਮੁਫਤ ਬਿਜਲੀ? ਬਾਦਲਾਂ ਨੇ ਵੀ ਬਥੇਰੀਆਂ ਧਾਰਮਿਕ ਯਾਤਰਾਵਾਂ ਕਰਾਈਆਂ ਸੀ, ਵੋਟਾਂ ਤੋਂ ਲੋਕਾਂ ਉਹਨਾਂ ਨੂੰ ਵੀ ਪਾਈਆਂ। ਮੈਂ ਇਹੀ ਕਹਿੰਦਾ ਨਾ ਕਿ ਤੁਸੀਂ ਦੇਖੋ, ਇੱਕ ਬੜੀ ਬਦਤਮੀਜ਼ੀ ਦੀ ਗੱਲ ਹੈ ਕਿ ਲੋਕਾਂ ਦਾ ਪੈਸਾ, ਇੱਕ ਜਿਹੜਾ ਪੈਸਾ ਤਾਂ ਲੋਕਾਂ ਦਾ ਹੈ ਨਾ, ਉਹਦੇ 'ਚ ਹਰ ਧਰਮ ਦਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਂਦਾ, ਹਰ ਜਾਤ ਦਾ ਪੈਸਾ ਜਾਂਦਾ, ਹਰ ਫਿਰਕੇ ਦਾ ਪੈਸਾ ਜਾਂਦਾ, ਤੁਸੀਂ ਉਹਨੂੰ ਫਲਾਣੇ ਧਰਮ ਨੂੰ ਫਲਾਣੇ ਧਰਮ ਨੂੰ ਯਾਤਰਾ ਕਰਾਉਣੀ ਕੀ ਮਤਲਬ ਬਣਦਾ ਹੈ ਤੁਹਾਡਾ? ਸਟੇਟ ਅਲੱਗ ਹੈਗੀ ਆ, ਉਹ ਸੈਕੂਲਰ ਪਰਪਜ਼ ਲਈ ਹੈ, ਲੋਕਾਂ ਦੇ ਵਿਕਾਸ ਲਈ ਹੈ। ਤੁਹਾਡੇ ਕੋਲ ਛੱਤਾਂ ਦੇ ਸਕੂਲ ਦੀਆਂ ਠੀਕ ਨਹੀਂ ਹੋਈਆਂ, ਇੱਕ ਟੀਚਰ ਮਰ ਗਈ, ਕਦੀ ਤੁਸੀਂ ਸੈਰਾਂ ਕਰਾਉਂਦੇ ਫਿਰਦੇ ਆ ਸਿੰਗਾਪੁਰ ਦੀਆਂ, ਤੇ ਕਦੀ ਕਿਤੇ ਦੀਆਂ, ਕਦੇ ਟ੍ਰੇਨਿੰਗਾਂ ਦਵਾਉਂਦੇ ਫਿਰਦੇ ਆ, ਤੁਹਾਡੇ ਕੋਲ ਬਿਲਡਿੰਗਾਂ ਤੇ ਹੈ ਨਹੀਂ ਹੈਗੀਆਂ, ਇਹ ਸ਼ਰਮ ਦੀਆਂ ਗੱਲਾਂ ਨਹੀਂ ਹੈਗੀਆਂ। ਇਸ ਲਈ ਜਿਹੜਾ ਕਰਨ ਵਾਲਾ ਕੰਮ ਉਹਦੇ 'ਤੇ ਫੋਕਸ ਕਰੋ ਤੁਸੀਂ, ਔਰ ਜਿਹੜੀਆਂ ਬਾਕੀ ਦੀਆਂ ਇੱਧਰ ਉੱਧਰ ਦੀਆਂ ਗੱਲਾਂ ਨਾ ਉਹ ਛੱਡ ਕੇ, ਧਰਾਤਲ ਇਹਨਾਂ ਦੀ ਸੇਮ ਆ, ਸੋਚ ਇਹਨਾਂ ਦੋਵਾਂ ਦੀ ਸੇਮ, ਤੁਸੀਂ ਜਿਹੜਾ ਸਵਾਲ ਖੜ੍ਹਾ ਕਰਦੇ ਆ ਨਾ ਕਿ ਇਹ ਅਲੱਗ ਆ, ਉਹ ਲੋਕਾਂ ਦੀ ਆਪਣੀ ਆਪਣੀ ਦੰਦ ਕਥਾ ਜਾਂ ਚਰਚਾ ਹੁੰਦੀ ਆ। ਅਸਲੀਅਤ ਇਹ ਹੈ ਕਿ ਜਿਸ ਤਰੀਕੇ ਨਾਲ ਕੱਟੜ ਰਾਸ਼ਟਰਵਾਦੀ ਉਹ ਹੈ, ਉਨੇ ਕੀ ਕੱਟੜ ਇਹ ਵੀ ਰਾਸ਼ਟਰਵਾਦੀ ਹੈ, ਅਤੇ ਉਹਦਾ ਮਤਲਬ ਇਹ ਹੈ ਕਿ ਇੱਕ ਬਹੁ ਗਿਣਤੀ ਨੂੰ ਮਜ਼ਬੂਤੀ ਦੇ ਨਾਲ ਆਪਣੇ ਨਾਲ ਜੋੜ ਕੇ, ਘੱਟ ਗਿਣਤੀਆਂ ਨੂੰ ਇੱਕ ਪਾਸੇ ਕਰਕੇ, ਇਹ ਦੇਸ਼ ਦੇ ਵਿੱਚ ਵੱਡੀ ਸੱਤਾ ਅਤੇ ਕਾਂਗਰਸ ਦਾ ਵਿਕਲਪ ਬਣ ਕੇ, ਕਾਂਗਰਸ ਨੂੰ ਖਦੇੜ ਕੇ ਇਹ ਅੱਗੇ ਆਉਣਾ ਚਾਹੁੰਦੇ ਆ, ਤਾਂ ਕਿ RSS ਦੇ ਹੱਥ ਵਿੱਚ, ਦੋਵਾਂ ਹੱਥਾਂ 'ਚ ਲੱਡੂ ਰਹਿਣ, ਭਾਵੇਂ ਇਹ ਟੋਪੀ ਵਾਲੇ ਆ ਜਾਣ ਅਤੇ ਭਾਵੇਂ ਉਹ ਆ ਜਾਣ, ਉਹਨਾਂ ਦਾ ਕੰਮ ਉਸੇ ਤਰੀਕੇ ਨਾਲ ਹਿੰਦੂ ਰਾਸ਼ਟਰ ਦਾ ਚੱਲਦਾ ਰਹੇ। ਇਹ ਗੱਲ ਅਸੀਂ ਬੜੀ ਦੇਰ ਤੋਂ ਪਹਿਲਾਂ ਸਮਝੇ ਹੋਏ ਹਾਂ, ਇਹ ਗੱਲ ਸੱਚ ਵੀ ਹੈਗੀ ਆ। ਬਾਕੀ ਜਿਹੜੇ ਲੋਕ ਇੰਟਰਪ੍ਰੀਟੇਸ਼ਨ ਦਿੰਦੇ ਆ ਵੀ ਹੁਣ ਇਹਨੂੰ ਕਰਤਾ ਜੀ, ਹੁਣ ਉਹਨੂੰ ਕਰਤਾ, ਇਹ ਲੋਕਾਂ ਦੀ ਇੱਕ ਆਪਣੀ ਸੋਚ, ਉਹਨਾਂ ਦੀ ਆਪਣੀ ਸਮਝ ਹੈ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਗੁਰਨਾਮ ਜੀ। ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। ਕੈਮਰਾਮੈਨ ਵਰਿੰਦਰ ਦੇ ਨਾਲ ਗੁਰਨਾਮ ਸਿੰਘ ਬਿਲਗਾ, ਚੰਡੀਗੜ੍ਹ ਤੋਂ।